ਇਨਸਪਾਇਰ ਪੰਜਾਬ ਟੀਵੀ ਤੇ ਤੁਹਾਡਾ ਸਭ ਦਾ ਸਵਾਗਤ ਹੈ ਕਿਸਾਨ ਆਗੂ ਰੋਲਦੂ ਸਿੰਘ ਮਾਨਸਾ ਇਹਨਾਂ ਦੀ ਇੱਕ ਇੰਟਰਵਿਊ ਆਈ ਹੈ ਜਿਹਦੇ ਵਿੱਚ ਇਹ ਕਹਿੰਦੇ ਆ ਕਿ ਬਿਨਾ ਸੱਦੇ ਦਾ ਕੋਈ ਵਿਆਹ ਵਿੱਚ ਵੀ ਨਹੀਂ ਜਾਂਦਾ ਅਸੀਂ ਬਾਰਡਰਾਂ ਤੇ ਕਿਵੇਂ ਜਾਈਏ ਕਿਉਂਕਿ ਸਾਨੂੰ ਡੱਲੇਵਾਲ ਨੇ ਸੱਦਾ ਨਹੀਂ ਦਿੱਤਾ ਜੇ ਕਿਸੇ ਨੇ ਵਿਆਹ ਤੇ ਵੀ ਜਾਣਾ ਹੋਵੇ ਤਾਂ ਪਹਿਲਾਂ ਸੱਦਾ ਦਿੱਤਾ ਜਾਂਦਾ ਤੇ ਸਾਨੂੰ ਕਿਸੇ ਨੇ ਕੋਈ ਸੱਦਾ ਨਹੀਂ ਦਿੱਤਾ ਇਸ ਲਈ ਅਸੀਂ ਬਾਰਡਰਾਂ ਤੇ ਨਹੀਂ ਜਾ ਸਕਦੇ ਤੇ ਲੋਕ ਇਸ ਇੰਟਰਵਿਊ ਦੇ ਵਿੱਚ ਕਮੈਂਟ ਕਰ ਰਹੇ ਨੇ ਜਿਹਦੇ ਵਿੱਚ ਹੈਰੀ ਮਾਨ ਸਾਹਿਬ ਕਹਿੰਦੇ ਆ ਕਿ ਤੇਰਾ ਆਪਦਾ ਨਹੀਂ ਫਰਜ ਸੀ ਕਿਉਂ ਡੱਲੇ ਨੇ ਵਿਆਹ ਕਰਿਆ ਸੀ ਮੁੰਡੇ ਦਾ ਤੇ ਹੋਰ ਵੀ ਬਹੁਤ ਸਾਰੇ ਲੋਕ ਕਮੈਂਟ ਕਰ ਰਹੇ ਨੇ ਜਿਹਦੇ ਵਿੱਚ ਮਨਦੀਪ ਜੁਹੇਰਾ ਕਹਿੰਦੇ ਨੇ ਬਾਈ ਜੀ ਇਹਨੂੰ ਕੋਈ ਪੁੱਛਣ ਵਾਲਾ ਹੋਵੇ ਕਿ ਉੱਥੇ ਵਿਆਹ ਨਹੀਂ ਰੱਖਿਆ ਕਿਸਾਨ ਭਰਾਵਾਂ ਦਾ ਸੰਘਰਸ਼ ਹੈ ਤੈਨੂੰ ਕੋਈ ਵੱਖਰੀ ਚਿੱਠੀ ਪਾਉਣੀ ਹੈ ਗੁਰਪ੍ਰੀਤ ਸਿੰਘ ਕਹਿੰਦੇ ਸੱਦਣ ਨੂੰ ਉੱਥੇ ਵਿਆਹ ਕਰਿਆ ਇਹਨੇ ਘਟੀਆ ਗੱਲ ਹੀ ਕਰਨੀ ਜਿਹੜੇ ਬਾਕੀ ਬੈਠੇ ਆ ਉਹਨਾਂ ਨੂੰ ਕਾਰਡ ਭੇਜੇ ਸੀ ਪਾਲੀ ਪੰਚ ਬੰਖਰਪੁਰੀਆ ਕਹਿੰਦੇ ਆ ਵਿਆਹ ਰੱਖਿਆ ਸੀ ਉਥੇ ਕਿਹੜਾ ਫਿਰ ਸਭ ਦਾ ਮਸਲਾ ਆ ਦੀਪਕ ਮਿੱਤਲ ਕਹਿੰਦੇ ਆ ਰਾਜਨੀਤਿਕ ਪਾਰਟੀਆਂ ਵਾਂਗ ਇਹ ਜਥੇਬੰਦੀਆਂ ਵੀ ਆਪਸ ਵਿੱਚ ਵੰਡੀਆਂ ਹੋਈਆਂ ਨੇ ਕੋਈ ਕੀ ਬੋਲੀ ਜਾਂਦਾ ਕੋਈ ਕੀ ਬੋਲੀ ਜਾਂਦਾ ਨਾਰਾ ਤਾਂ ਲਗਾ ਦਿੰਦੇ ਆ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਏਕਤਾ ਵੀ ਤਾਂ ਕਰੋ ਜੀ ਬਾਕੀ ਤੁਹਾਡੇ ਸਭ ਦੇ ਇਸ ਪੋਸਟ ਦੇ ਸਬੰਧ ਵਿੱਚ ਕੀ ਵਿਚਾਰ ਨੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਧੰਨਵਾਦ